ਸ਼੍ਰੀਕਾਲ ਸਾਰਿਆਂ ਨੂੰ ਅੱਜ ਰੈਫਲਸ ਐਡੀਸਿਟੀ ਦੇ ਵਿੱਚ ਸਾਡੇ ਕੋਲ 10 ਨਿਊ ਵੀਜ਼ਾਜ਼ ਆਏ ਨੇ ਕੰਗ੍ਰੈਚੁਲੇਸ਼ਨਸ ਟੂ ਆਲ ਦੀ ਸਟੂਡੈਂਟਸ ਵਨ ਬਾਈ ਵਨ ਅਸੀਂ ਡਿਸਕਸ ਕਰਦੇ ਹਾਂ ਜਿਨ੍ਹਾਂ ਦਾ ਪਾਸਪੋਰਟ ਕਲੀਅਰ ਹੋ ਕੇ ਆਇਆ ਹੈ ਫਸਟ ਕੈਂਡੀਡੇਟ ਜਿਨ੍ਹਾਂ ਦਾ ਵੀਜ਼ਾ ਲੱਗਿਆ ਹੈ ਉਹ ਹੈ ਬਰਿੰਦਰ ਕੌਰ ਇਹਨਾਂ ਦਾ ਕੋਲੰਬੀਆ ਕਾਲਜ ਲਈ ਕਲੀਅਰ ਹੋਇਆ ਹੈ ਐਂਡ ਸ਼ੀ ਬਿਲੋਂਗਸ ਟੂ ਮਾਨਸਾ ਕੰਗ੍ਰੈਚੁਲੇਸ਼ਨਸ ਟੂ ਬਰਿੰਦਰ ਕੌਰ ਸਾਡੇ ਕੋਲ ਸੈਕਿੰਡ ਪਾਸਪੋਰਟ ਹੈ ਜੀ ਧਰਮਵੀਰ ਸਿੰਘ ਦਾ ਇਹਨਾਂ ਦਾ ਜਿਹੜਾ ਵੀਜ਼ਾ ਅਪਰੂਵ ਹੋਇਆ ਸ਼ੈਲਡਨ ਕਾਲਜ ਲਈ ਅਪਰੂਵ ਹੋਇਆ ਇਹ ਬਟਾਲਾ ਤੋਂ ਬਿਲੋਂਗ ਕਰਦੇ ਨੇ ਕੰਗ੍ਰੈਚੁਲੇਸ਼ਨਸ ਧਰਮਵੀਰ ਨੈਕਸਟ ਵੀਜ਼ਾ ਜਿਨ੍ਹਾਂ ਦਾ ਕਲੀਅਰ ਹੋਇਆ ਹੈ ਉਹ ਹੈ ਪ੍ਰਭ ਸਿਮਰਨਜੀਤ ਸਿੰਘ ਇਹਨਾਂ ਦਾ ਸ਼ੈਰੀਡਨ ਕਾਲਜ ਲਈ ਵੀਜ਼ਾ ਲੱਗਿਆ ਹੈ ਐਂਡ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਨੂੰ ਨੈਕਸਟ ਨੇ ਜੀ ਸ਼ਿਵਾਨੀ ਸ਼ਿਵਾਨੀ ਦਾ ਵੀਜ਼ਾ ਅਪਰੂਵ ਹੋਇਆ ਧਰਮ ਕਾਲਜ ਲਈ ਇਹ ਸ਼੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਨੇ ਕੰਗ੍ਰੈਚੁਲੇਸ਼ਨ ਸ਼ਿਵਾਨੀ ਨੈਕਸਟ ਕੈਂਡੀਡੇਟ ਨੇ ਅਰਸ਼ਦੀਪ ਸਿੰਘ ਹਰੀ ਇਹਨਾਂ ਨੇ ਕੋਲੰਬੀਆ ਕਾਲਜ ਲਈ ਅਪਲਾਈ ਕੀਤਾ ਸੀ ਇਹ ਵੀਜ਼ਾ ਕਲੀਅਰ ਹੋਇਆ ਹੈ ਐਂਡ ਇਹ ਬਿਲੋਂਗ ਕਰਦੇ ਨੇ ਬਰਨਾਲਾ ਨੂੰ ਕੰਗ੍ਰੈਚੁਲੇਸ਼ਨਸ ਟੂ ਅਰਸ਼ਦੀਪ ਸਿੰਘ ਨੈਕਸਟ ਪਾਸਪੋਰਟ ਹੈ ਜੀ ਅਜੇ ਪਾਲ ਸਿੰਘ ਰੰਧਾਵਾ ਦਾ ਇਹਨਾਂ ਦਾ ਵੀਜ਼ਾ ਅਪਰੂਵ ਹੋਇਆ ਕਾਲਜ ਟੂ ਕਾਲਜ ਲਈ ਇਹ ਬਟਾਲਾ ਤੋਂ ਬਿਲੋਂਗ ਕਰਦੇ ਨੇ ਇਹਨਾਂ ਬਾਰੇ ਗੱਲ ਦੱਸਦੀ ਹੈ ਕਿ ਇਹਨਾਂ ਦਾ ਪਹਿਲਾਂ ਆਲਰੇਡੀ ਰਿਫਿਊਜ਼ਲ ਸੀਗਾ ਕੈਨੇਡਾ ਲਈ ਬਟ ਹੁਣ ਇਹਨਾਂ ਦਾ ਸਪਟੈਂਬਰ ਇਨਟੇਕ ਲਈ ਅਪਰੂਵਲ ਆ ਚੁੱਕਿਆ ਹੋਇਆ ਕੰਗ੍ਰੈਚੁਲੇਸ਼ਨਸ ਅਜੇ ਪਾਲ ਨੈਕਸਟ ਕੈਂਡੀਡੇਟ ਨੇ ਸਪਨਦੀਪ ਸਿੰਘ ਇਹਨਾਂ ਦਾ ਸੇਂਟ ਕਲੀਅਰਲੀ ਵੀਜ਼ਾ ਕਲੀਅਰ ਹੋਇਆ ਹੈ ਐਂਡ ਇਹ ਬਿਲੋਂਗ ਕਰਦੇ ਨੇ ਗੁਰਦਾਸਪੁਰ ਨੂੰ ਕੰਗ੍ਰੈਚੁਲੇਸ਼ਨਸ ਟੂ ਸਪਨਦੀਪ ਸਿੰਘ ਨੈਕਸਟ ਪਾਸਪੋਰਟ ਹੈ ਹਿਨਾ ਕੁਮਾਰੀ ਦਾ ਇਹਨਾਂ ਦਾ ਜਿਹੜਾ ਵੀਜ਼ਾ ਅਪਰੂਵ ਹੋਇਆ ਕੌਂਸਲਿੰਗ ਪੋਲੀਟੈਕਨਿਕ ਯੂਨੀਵਰਸਿਟੀ ਲਈ ਕਲੀਅਰ ਹੋਇਆ ਅਤੇ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਨੇ ਕੰਗ੍ਰੈਚੁਲੇਸ਼ਨਸ ਹਿਨਾ ਲਾਸਟ ਪਾਸਪੋਰਟ ਜਿਹੜਾ ਮੇਰੇ ਕੋਲ ਹੈ ਉਹਦੇ ਵਿੱਚ ਰਿਸ਼ਪਿੰਦਰ ਕੌਰ ਦਾ ਨਾਮ ਮੈਂਸ਼ਨ ਹੈ ਇਹਨਾਂ ਨੇ ਹੰਬਲ ਕਾਲਜ ਲਈ ਅਪਲਾਈ ਕੀਤਾ ਸੀ ਜਿਹੜਾ ਕਲੀਅਰ ਹੋਇਆ ਵੀਜ਼ਾ ਐਂਡ ਬਿਲੋਂਗ ਕਰਦੇ ਨੇ ਖੰਨਾ ਲੁਧਿਆਣਾ ਤੋਂ ਕੰਗ੍ਰੈਚੁਲੇਸ਼ਨਸ ਰਿਸ਼ਪਿੰਦਰ ਕੌਰ ਲਾਸਟ ਪਾਸਪੋਰਟ ਹੈ ਜੀ ਚਰਨਜੀਤ ਕੌਰ ਦਾ ਇਹਨਾਂ ਦਾ ਜਿਹੜਾ ਵੀਜ਼ਾ ਅਪਰੂਵ ਹੋਇਆ ਉਹ ਹੋਇਆ ਵੈਨਕੂਵਰ ਆਈਲੈਂਡ ਯੂਨੀਵਰਸਿਟੀ ਲਈ ਅਤੇ ਐਸ ਬੀ ਐਸ ਨਗਰ ਤੋਂ ਬਿਲੋਂਗ ਕਰ ਰਹੇ ਹੈ ਕੰਗ੍ਰੈਚੁਲੇਸ਼ਨਸ ਚਰਨਜੀਤ ਕੰਗ੍ਰੈਚੁਲੇਸ਼ਨਸ ਟੂ ਆਲ ਆਫ ਦੀਸ ਪਾਸਪੋਰਟ ਹੋਲਡਰਸ